ਦਿਲ ਫੁੱਲ ਜਿਹੜਾ ਗੁਲਾਬ ਦਾ ਹੁੰਦਾ ਹਾਂਜੀ ਉਸ ਤੋਂ ਵੀ ਨਰਮ ਹੁੰਦਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ ਜੀ, ਮੈਂ ਹਾਂ ਬਹਾਦਰ ਸ਼ੇਰ ਸਾਬਰੀ ਔਰ ਆਪ ਮੇਰਾ ਯੂਟਿਊਬ ਚੈਨਲ ਦੇਖ ਰਹੇ ਬਖਤੂ ਫੈਮਿਲੀ ਵਲਾਗ। ਤੁਹਾਨੂੰ ਮਾਰੋ ਸਬਸਕ੍ਰਾਈਬ ਵਲਾ ਸ਼ੁਰੂ ਮਜ਼ਦਾਰ ਨਿਊ ਵਿਡੀਓ। ਅੱਜ ਸੁਬਹ ਸੁਬਹ ਜਿਹੜਾ ਵਲਾਗ ਹੈ ਨਾ ਸ਼ੁਰੂ ਕਰਤਾ, ਔਰ ਜੀ ਗੁੱਡ ਮਾਰਨਿੰਗ ਹੋ ਗਿਆ ਸਾਰੇ ਤਮਾਮ ਭੈਣ ਭਾਈਆਂ ਨੂੰ, ਜਿੰਨੇ ਵੀ ਸਾਡੇ ਦੇਖ ਰਹੇ ਨੇ ਸਾਰਿਆਂ ਨੂੰ ਜੀ ਗੁੱਡ ਮਾਰਨਿੰਗ ਜੀ। ਤਾਂ ਰਾਤ ਜਿਹੜਾ ਸਾਲਾਂ ਨਾ ਆਲੂਆਂ ਦਾ ਮੌਜੂਦ ਪਿਆ, ਔਰ ਉਹ ਜਿੰਨਾ ਨਾਲ ਖਾਵਾਂਗੇ ਰੋਟੀ ਤੰਦੂਰ ਦੀ ਪੱਕੇਗੀ। ਅੰਮੀ ਜਾਨ ਇੱਧਰ ਜਿੰਨਾ ਘਰ ਦੀ ਸਫਾਈ ਲੱਗੀ ਖੜੀ ਹੈ, ਔਰ ਮੈਂ ਜਿੰਨਾ ਪੱਖਾ ਬੰਦ ਕਰ ਦੇਵਾਂ, ਇਹ ਮੇਰੀ ਵਿਹਲੀ ਜਿਹੜਾ ਬੱਤੀ ਪੀਤੀ ਜਾਂਦਾ। ਅੰਮਾ ਜੀ ਕਿੱਦਾਂ ਜੇ? ਸਫਾਈ ਕਰ। ਅੱਛਾ ਜੀ, ਸੁਬਹ ਸੁਬਹ ਜਿੰਨਾ ਪਹਿਲੇ ਲੜ ਮਾਰਨਾ, ਉਸ ਤੋਂ ਬਾਅਦ ਫਿਰ ਕੋਈ ਹੋਰ ਕੰਮ ਕਰਨਾ। ਹਾਂਜੀ, ਗੱਟਾ ਕਾਫੀ ਸਾਰਾ ਨਾ ਸਾਡੇ ਘਰ, ਕੱਚੀਆਂ ਛੱਤਾਂ ਨੇ, ਕੱਚੀਆਂ ਛੱਤਾਂ ਜਿਹੜਾ ਗੱਟਾ ਨਾ ਕਾਫੀ ਸਾਰਾ ਥੱਲੇ ਆ ਜਾਂਦਾ, ਇਹ ਲੜ ਲਾਜ਼ਮਨ ਮਾਰਨਾ ਪੈਂਦਾ। ਕੁਛ ਨਾਗਾ ਪੈ ਗਿਆ ਸੀ ਇਹ ਨਾ, ਅੱਜ ਦੀ ਵੀਡੀਓ ਮੇਰੇ ਦੋ ਆਉਣੇ ਸਨ, ਲੇਕਿਨ ਅੱਜ ਦੀ ਵੀਡੀਓ ਜਿਹੜਾ ਮੇਰੀ ਹੈੱਕ ਆਉਣੀ ਹੈ, ਉਹਦੀ ਵਜ੍ਹਾ ਹੈ ਕਿ ਕੱਲ੍ਹ ਜਿਹੜੀ ਵੀਡੀਓ ਮੇਰੀ ਕੰਪਲੀਟ ਨਹੀਂ ਹੋਈ, ਅੰਮੀ ਜਾਨ ਚਲੀ ਗਈ, ਔਰ ਜਿਹੜਾ ਵੀਡੀਓ ਨਾ ਇੱਕ ਬਣੀ ਹੈ ਸਿਰਫ ਔਰ ਸਿਰਫ। ਅਤੇ ਆ ਜਾਓ ਸੁਬਹ ਸੁਬਹ ਨਾ ਜਾਂਦੇ ਹਾਂ ਬਾਹਰ। ਮੈਂ ਕਿਹਾ ਵੀ ਘਰ ਬਹਿ ਕੇ ਨਾ ਵਲੌਗ ਦੀ ਚਾਸ ਨਹੀਂ ਆਉਂਦੀ, ਕਿਉਂਕਿ ਨਾ ਬਾਹਰ ਜਾਣਾ ਕੁਛ ਨਿਆ ਕਰਨਾ ਹੈਗੇ, ਕਲਚਰ ਕੋਈ ਵੀ ਨਹੀਂ ਬਣਿਆ, ਅਤੇ ਮੈਂ ਨਾ ਫਿਰ ਘਰ ਆ ਗਿਆ। ਮੈਂ ਕਿਹਾ ਚਲੋ ਜਿੰਨਾ ਹੁਣ ਘਰ ਦੀ ਜਿਹੜੀ ਵੀਡੀਓ ਨਾ ਪੇਜ ਸੁਬਹ ਦੀ ਨਾ ਸ਼ੇਅਰ ਕਰ ਲਵਾਂ। ਆ ਜਾਓ ਜੀ ਸੁਬਹ ਸੁਬਹ ਨਾਲ ਗਾਸ ਚੈੱਕ ਕਰੋ, ਕਿ ਜਿਹੜਾ ਗਾਸ ਨਾ ਖਾਲੀ ਨੂੰ ਬੰਦ ਕੀਤੀ ਖਲਾ, ਇਹ ਚੈੱਕ ਕਰੋ। ਇੱਥੇ ਜਿਹੜਾ ਟੋਇਆ ਮੈਨੂੰ ਜਿਹੜਾ ਦੁਬਾਰਾ ਫਿਰ ਮਾਰਨਾ ਪੈਣਾ, ਇਹ ਜਿੰਨਾ ਤਕਰੀਬਨ ਇਹ ਜਗ੍ਹਾ 'ਤੇ ਗਾਸ ਜਿੰਨਾ ਕਾਫੀ ਸਾਰਾ ਹੋ ਗਿਆ। ਅੱਗੇ ਜਿੰਨਾ ਉਹ ਡੋ ਜਿਹੜੇ ਹੈਗੇ ਸਨ ਨਾ, ਇਹ ਕੱਲ੍ਹ ਅਸੀਂ ਨਾ ਉਹ ਆਏ ਸਨ, ਔਰ ਉਹਨਾਂ ਨੇ ਨਾ ਇੱਥੇ ਚਰਾਇਆ ਸੀ, ਲੇਕਿਨ ਚਰਾਈ ਜਿਹੜਾ ਖਤਮ ਕਰਕੇ ਫਿਰ ਚਲੇ ਗਏ, ਔਰ ਉਸ ਤੋਂ ਬਾਅਦ ਨਾ ਫਿਰ ਹੋ ਗਿਆ ਇਹ। ਪਤਾ ਨਹੀਂ ਕੀ ਮਸਲਾ ਇਹਨੂੰ, ਕਿ ਇਹ ਜਿਹੜਾ ਅੱਠੋ ਟਾਈਮ ਜਿਹੜਾ ਆਪਣੀ ਜਿਹੜੀ ਗਰੋਥ ਨਾ ਕੀਤੀ ਰੱਖਦਾ, ਕਿਉਂਕਿ ਇਹਨੂੰ ਜਿਹੜਾ ਪਾਣੀ ਨਾ ਉਹ ਤਾਜ਼ੇ ਤੋਂ ਤਾਜ਼ਾ ਜਿਹੜਾ ਮਿਲਦਾ ਰਹਿੰਦਾ। ਲੱਭਣ ਨਹੀਂ ਗਈ ਅੰਮੀ ਜਾਨ, ਮੈਂ ਖੜੀਂਦਾ ਵੇ ਜਿਹੜਾ ਮੈਨੂੰ ਲੱਭਣ ਤੋਂ ਪਿਆ। ਕੀ ਹੋਇਆ, ਕੀ ਕਰ ਦਈਏ ਦੱਸੋ? ਅੱਛਾ, ਹੋਰ ਅੱਛਾ ਜੀ, ਪਹਿਲੇ ਮੈਂ ਜਿੰਨਾ ਇਹ ਫਰਸ਼ੀ ਪੱਖਾ ਜਿੰਨਾ ਅੰਦਰ ਰੱਖ ਲਾਂ, ਔਰ ਉਸ ਤੋਂ ਬਾਅਦ ਚਾਰ ਪਾਈ ਲਓ ਜੀ, ਚਾਰ ਪਾਈ ਤਾਂ ਮੁਕੰਮਲ ਹੋ ਗਈ। ਦੇਖ ਲਓ ਕਿ ਕਲਰ ਦੀ ਵਜ੍ਹਾ ਜਿੰਨਾ ਥੱਲੋ ਚੌਥਰਾ ਜਿੰਨਾ ਪਟੀ ਗਿਆ। ਇਹ ਕੱਚੀ ਥਾਂ ਹੈ ਤੇ ਪਾਵੇ ਉਹਨੂੰ ਮੰਜੀਆਂ ਦੇ ਨਾਲ ਪਟੀ ਜਾਂਦੇ। ਤਾਂ ਉੱਤੇ ਪਾਣੀ ਤਰੋ ਕੇ ਤੇ ਫਿਰ ਧੁੱਪ ਲੱਗ ਸੀ ਜਾ ਮਿਲ। ਚਲੋ ਜੀ, ਕਿਉਂਕਿ ਨਾ ਦੋ ਵਜੇ ਨਾ ਕਾਫੀ ਸਾਰ ਨਿਕਲ ਖੜੀ ਹੈ, ਮਾਸ਼ਾਅੱਲਾ ਜਿਹੜਾ ਸੂਰਜ ਨਾ ਇੱਧਰੋਂ ਲਾਟਾ ਵੀ ਮਾਰਦਾ, ਗਰਮੀ ਤਾਂ ਸੂਰਜ ਵੀ ਖਾਣ ਦੀ ਚਾਸ ਵੀ ਕੋਣੀ, ਉਹ ਕਿਉਂਕਿ ਨਾ ਕੁਛ ਸਾਹ ਵੀ ਗਰਮੀ ਪੈ ਰਹੀ ਹੈ ਮੂੰਹ 'ਤੇ। ਜਿਵੇਂ ਨਾ ਮਾਂ ਪਿਓ ਤਾਂ ਕਦੇ ਵੱਡਾ ਨਹੀਂ ਹੋ ਸਕਦਾ, ਮੈਂ ਜਿੱਡਾ ਵੀ ਕੰਮ ਕਰ ਲਵਾਂ, ਲੇਕਿਨ ਮੈਨੂੰ ਜਿੰਨਾ ਵੀਡੀਓ ਅੱਛੀ ਨਹੀਂ ਲੱਗਦੀ ਜਿੰਨਾ ਤੀਕਰ ਮੇਰੀ ਅੰਮੀ ਜਾਨ ਜਿੰਨਾ ਵੀਡੀਓ ਵਿੱਚ ਨਾ ਆਵੇ। ਅਤੇ ਅੰਮੀ ਜਾਨ ਨੇ ਕੀ ਕਰਦੀ ਪਈ ਏ? ਅੱਛਾ ਜੀ, ਦੋਵਾਂ ਵਾਲੇ ਨੇ ਪਹਿਲੇ ਨੰਬਰ 'ਤੇ, ਤਾਂ ਇਹਨਾਂ ਨੂੰ ਜਾਂਦੇ ਨੇ
ਖਾਡੇ ਤੇ ਇੱਥੇ ਪੈਰੋ ਮੰਗਦਾ ਪਿਆ ਕਿ ਸੁਬਹ ਸੁਬਹ ਨਾਲ ਨਾ ਕੋਈ ਕਬਾੜੀਆ ਆ ਜਾਵੇ ਅਤੇ ਮੇਰਾ ਜਿਹੜਾ ਕਬਾੜ ਨਾ ਵਿਕ ਜਾਵੇ, ਕੁਲਫੀਆਂ ਖਾਵੀਏ, ਆਈਸਕ੍ਰੀਮ ਖਾਵੀਏ, ਯਾਨੀ ਕਿ ਨਾ ਕੋਈ ਚੀਜ਼ੀ ਚੀਜ਼ੀ ਖਾਵੀਏ, ਪਤੀਸਾ ਖਾਵੀਏ, ਇਹ ਬੋਤਲਾਂ ਵੇਚ ਕੇ ਜਿਹੜੀਆਂ ਮੇਰੇ ਇੱਥੇ ਜਿਹੜਾ ਇਹ ਸਾਹਮਣੇ ਆਉਂਦੀਆਂ ਨੇ ਅਤੇ ਮੈਨੂੰ ਟੀਚਰ ਸਮਝਦੀਆਂ ਨੇ, ਕਹਿੰਦੀਆਂ ਨੇ ਬਖਤੂ ਤੂੰ ਸਾਨੂੰ ਵੇਚ, ਸਾਡਾ ਪਤੀਸਾ ਖਾ, ਤੂੰ ਕਿਉਂ ਇਹਨਾਂ ਰੱਖ ਕੇ ਪਿਆ ਹੈ, ਤੂੰ ਸਾਨੂੰ ਕਿਉਂ ਰੱਖ ਕੇ ਬੈਠਾ ਹੈ, ਪੁੱਤਰ ਟੈਂਸ਼ਨ ਨਾ ਲਓ, ਸੁਬਹਾ ਤੁਸੀਂ ਗਈਆਂ ਜਾਂ ਜਦੋਂ ਵੀ ਪਤੀਸੇ ਵਾਲਾ ਆ ਗਿਆ ਨਾ ਪੈਸਾ ਹੀ ਪੈਸਾ ਹੋ ਜਾਣਾ ਫਿਰ। ਅੱਗੇ ਤਾਂ ਬਖਤੂ ਜੇ ਮੈਂ ਟਕਾ ਨਹੀਂ ਹੁੰਦਾ, ਲੇਕਿਨ ਜਦੋਂ ਕਬਾੜ ਵੇਚਣਾ ਉਦੋਂ ਫਿਰ ਪੈਸਾ ਹੀ ਪੈਸਾ, ਪੈਸਾ ਹੀ ਪੈਸਾ। ਬਸ ਜੇ ਨਾ ਸਫਾਈ ਕੀਤੀ ਹੈ ਔਰ ਉਸ ਤੋਂ ਬਾਅਦ ਜੇ ਨਾ ਇਸ ਚੁੱਲ੍ਹੇ ਦੀ ਤਕਰੀਬਨ ਅੰਮੀ ਜਾਨ ਸੁਬਹਾ ਸੁਬਹਾ ਜਿਹੜਾ ਕਾਫੀ ਸਾਰਾ ਕੰਮ ਕਰਦੀ ਹੈ, ਮੈਂ ਤਾਂ ਹੈਗਾ ਵਿਹਲਾ, ਮੈਂ ਸਿਰਫ 4-5 ਜਣਾ ਅੰਦਰ ਡਾਣਾ, ਸਾਡਾ ਜਿਹੜਾ ਕੰਮ ਹੈ ਨਾ ਦੋਵਾਂ ਮਾਂ ਪੁੱਤਰਾਂ ਦਾ ਵੰਡਿਆ ਹੋਇਆ ਕੰਮ, ਸਾਡਾ ਵੰਡਿਆ ਹੋਇਆ ਤਕਰੀਬਨ ਮਾੜਾ ਮੋਟਾ ਹੀ ਹੈ ਕਿ 4 ਪਾਈਆਂ ਔਰ ਪੱਖਾ ਔਰ ਸੋਤਾ ਸੁਬਹਾ ਜਿਹੜੇ ਨੇ ਮੈਂ ਕੂਜਣੀਆਂ ਨੇ, ਬਕੰਦੂਰ ਵਿੱਚ ਜਿਹੜੀ ਅੱਗ ਹੈ ਨਾ ਉਹ ਮੈਂ ਬਾਲਣੀ ਹੈ ਅਤੇ ਜਿਹੜੀਆਂ ਰੋਟੀਆਂ ਨਾ ਉਹ ਅੰਮੀ ਲਾਉਣੀਆਂ, ਕਿਉਂਕਿ ਮੈਨੂੰ ਜਿਹੜਾ ਰੋਟੀਆਂ ਲਾਉਣ ਦਾ ਤਿੱਕਰ ਤਰੀਕਾ ਨਹੀਂ ਹੈ, ਗੱਦੀ ਵਗੈਰਾ ਹੋਵੇ ਨਾ ਤਾਂ ਉਹਨਾਂ 'ਤੇ ਲਾ ਲੈਣਾ, ਲੇਕਿਨ ਹੱਥ ਨਾਲ ਜੇ ਰੋਟੀ ਨਾ ਮੇਰੇ ਕੋਲ ਨਹੀਂ ਲੱਗਦੀ। ਲਈ ਚੰਦ ਦਿਓ ਅਤੇ ਗਾਰਡਨ ਚੰਦ ਦਿਓ, ਸਾਡੇ ਘਰ ਆ ਜਾਓ, ਜਿੰਨਾ ਗਾਰਡਨ ਸਾਡੇ ਘਰ ਹੈ ਨਾ ਵੀ ਗੱਲ ਛੱਡ ਦਿਓ, ਸਾਨੂੰ ਨਾ ਗਾਰਡਨ ਲਾਉਣ ਦੀ ਜ਼ਰੂਰਤ ਕੋਈ ਨਹੀਂ ਘਰ 'ਚ। ਤਕਰੀਬਨ ਰੋਜ਼ਾਨਾ ਕਦੇ ਮੈਂ ਦਬੜੀ ਪੜਦਾ ਪੈਂਦਾ ਅਤੇ ਕਦੇ ਮੈਂ ਤੱਲਾ ਘਰ 'ਚ ਪੜਦਾ ਪੈਂਦਾ, ਮੈਂ ਕਹਿੰਦਾ ਵੀ ਇਸ ਜਗ੍ਹਾ ਜਿਹੜਾ ਹਰਿਆਲੀ ਨਾ ਹੋਵੇ, ਬਕਾਇਆ ਜਿਹੜੀ ਉੱਪਰਲੀ ਜਗ੍ਹਾ ਜਿੰਨਾ ਜਿੰਨੀ ਮਰਜ਼ੀ ਹਰਿਆਲੀ ਹੋ ਜਾਵੇ ਮਸਲਾ ਕੋ ਨਹੀਂ। ਅੱਛਾ ਦੇਣਾ ਤੂੰ ਸਾਵਨ ਆਇਆ, ਅੰਮੀ ਸਾਵਨ ਚੜ ਗਿਆ, ਅੱਜ 12-13-14 ਅੱਜ ਸਾਵਨ ਪਹਿਲੀ ਹੋ ਗਿਆ, ਲੇਕਿਨ ਸਾਵਨ ਦੀ ਜਿਹੜੀ ਬਹਾਰ ਹੈ ਨਾ ਉਹ ਕੋਈ ਆਈ ਹੈ, ਦਿੱਕਤ ਬਹਾਰ ਆਵੇ ਮਜ਼ੇ ਹੋਵਣ ਫਿਰ ਜਿਹਨੇ ਪਤਾ ਲੱਗੇ ਵੀ ਸਾਵਨ ਆਇਆ ਹੈ, ਐਵੇਂ ਹੁਣ ਕੀ ਪਤਾ ਮੁਹੱਬਤ ਬਰਸਾ ਦੇਣਾ ਤੂੰ ਸਾਵਨ ਆਇਆ, ਬਰਸਾਤ ਤਾਂ ਹੁੰਦੀ ਨਹੀਂ, ਫਿਰ ਮੈਂ ਕਹਿੰਦਾ ਪੂਰਾ ਮਿਹਨਤ ਜਿੰਨਾ ਬਾਰਿਸ਼ ਰਵਣ ਬਸ ਸਕੂਨ ਰਵੇ, ਗਰਮੀ ਨਾ ਆਵੇ, ਕਿਉਂ ਗਰਮੀ ਜੇ ਨਾ ਗਰਮੀ ਹੁੰਦੀ ਹੈ ਤੁਹਾਨੂੰ ਪਤਾ ਤਾਂ ਹੈ ਕਿ ਪਸੀਨਾ ਔਰ ਬੁਰੀ ਹਾਲਤ ਹੁੰਦੀ ਹੈ। ਚਲੋ ਕੋਈ ਨਹੀਂ, ਜਿਹੜਾ ਮੌਸਮ ਹੈ ਨਾ ਉਹ ਅੱਲਾਹ ਤਾਲਾ ਨੇ ਸਾਡੇ ਲਈ ਠੀਕ ਔਰ ਠਾਕ ਬਣਾਇਆ। ਡੇਰੇ 'ਤੇ ਜੇ ਨਾ ਕੁਛ ਆ ਕੇ ਬੈਠੇ ਨੇ ਰਾਤ ਔਰ ਹੁੱਕਾ ਪੀ ਰਹੇ, ਸੁਬਹ ਸੁਬਹ ਨੇਰੀਨੇ ਅੰਦਰ ਨੇਰੀਨੇ ਅੰਦਰ ਪਤਾ ਨਹੀਂ ਹੁੱਕਾ ਪੀਣਾ ਚਾਹੀਦਾ ਕਿ ਨਹੀਂ ਪੀਣਾ ਚਾਹੀਦਾ, ਮੈਂ ਤਾਂ ਕਿਤੇ ਪੀਤਾ ਨਹੀਂ, ਨਾ ਹੀ ਮੈਨੂੰ ਪਤਾ ਹੈਗਾ। ਸੁਬਹ ਸੁਬਹ ਨਾਲ ਨਾ ਖੋਤੀ ਵਾਂਗਾ ਲੈ ਕੇ ਅਤੇ ਪੱਠੇ ਲੈਣ ਗਿਆ, ਇਹ ਦੇਖ ਲਓ ਜੀ ਸੁਬਹ ਸੁਬਹ ਪਿੰਡਾਂ 'ਚ ਨਾ ਕਿਸ ਤਰੀਕੇ ਨਾਲ ਗਧਿਆਂ 'ਤੇ ਪੱਠੇ ਲੈ ਜਾਂਦੇ ਨੇ। ਹੁਣ ਤੂੰ ਚੰਗਾ ਬੰਦਾ ਯਾਰ, ਪੱਠੇ ਜਲਦੀ ਜਲਦੀ ਮੁਕਾ ਲਾ ਜੀ, ਤੂੰ ਕਿਹਾ ਤੂੰ ਮੁੰਜੀ ਲਾਉਣੀ ਹੈ, ਨਹੀਂ ਲਾਉਣੀ ਮੁੰਜੀ, ਕਿਉਂ ਮੁੰਜੀ ਨਹੀਂ ਲਾਉਣੀ, ਪੱਠੇ ਬਸ ਕਰਨੇ ਨੇ। ਇਹ ਜੀ ਸਰਦਾਰ, ਠੰਡੀ ਠੰਡੀ ਮਿੱਠੀ ਮਿੱਠੀ ਹਵਾ ਮਿਲਦੀ ਨਾ ਅਤੇ ਹਾਏ ਹਾਏ ਹਾਏ, ਰੂਹ ਵੀ ਤਾਜ਼ਾ ਹੋ ਜਾਂਦਾ ਔਰ ਦਿਲ ਨੂੰ ਵੀ ਸਕੂਨ ਮਿਲ ਜਾਂਦਾ ਹੈ। ਹਾਏ ਪੀਰਾ ਹਾਏ, ਆ ਵੇਖੀ 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 ਵੇਖ ਕਿਧਰ ਜਾਣੀ ਹੈ, ਕਿਧਰ ਜਾਣੀ ਹੈ, ਆ ਕਿਹਨਾਂ ਦੇ ਬਾਲ ਪੰਪ ਚਲਾ ਕੇ ਅਤੇ ਪਾਣੀ ਦਾ ਜਿਹੜਾ ਤਾਮੀ ਹੈ ਨਾ ਭਰ ਕੇ ਅਤੇ ਭਾਂਡੇ ਧੋਵਾਂ ਅਸੀਂ। ਲਓ ਜੀ ਸਕਿੰਟਾ ਹੀ ਫੁੱਲ ਹੋ ਗਿਆ, ਪੰਪ ਜਿਹੜਾ ਹੁਣ ਪਾਣੀ ਚੋਖਾ ਦੇਵੇਂ ਲੱਗ ਪਿਆ, ਕਿਉਂਕਿ ਤਕਰੀਬਨ ਨਾਲ ਜਿਹੜਾ ਹੋ ਗਿਆ ਰਫੜ ਅਤੇ ਰਫੜ ਦੀ ਵਜ੍ਹਾ ਜਿਹੜਾ ਪਾਣੀ ਨਾ ਇੱਥੇ ਹੁਣ ਸਟੋਰ ਖਲਾ ਅਤੇ ਉਹ ਥੱਲੇ ਜਿਹੜਾ ਜ਼ਮੀਨ ਖਿੱਚਦੀ ਪਈ ਹੈ,
ਤੇ ਜਿਹੜਾ ਪਾਣੀ ਦਾ ਪੰਪ ਦਾ ਪਾਣੀ ਨਾ ਉਹ ਉੱਪਰ ਆ ਰਿਹਾ। ਤੇਰੀ ਉਮਰ ਤੈਨੂੰ ਲੱਗ ਜਾਵੇ ਜੁੰਦੀ ਰਹਿਦਾ ਨੱਬ, ਸਪਰੇ ਜਿਹੜੀ ਹੈ ਨਾ ਬਦਬੂ ਜੀ ਆ ਰਹੀ ਹੈ, ਸਮੈਲ ਵਗੈਰਾ ਪਤਾ ਨਹੀਂ ਕੀ ਬਣਿਆ ਖੜਾ, ਸ਼ਾਇਦ ਨੂੰ ਸ਼ੱਕ ਪੈਂਦਾ ਸਾਡੇ ਜਿਹੜੇ ਗੁਆਂਢੀ ਨਾ ਉਹ ਕਿਤੇ ਸਪਰੇ ਦਾ ਜਾਂ ਨਾ ਕੋਈ ਪੋਚਾ ਸ਼ੋਚਾ ਮਾਰਦੇ ਪੈਰ ਵੀ ਮੱਛਰ ਮਰ ਜਾ। ਉਹ ਬੜੀ ਗੰਦੀ ਬਦਬੂ ਆ ਰਹੀ ਹੈ ਇੱਥੇ ਬਹਿ ਕੇ, ਅਤੇ ਆ ਵੀ ਇੱਧਰਲੀ ਸਾਈਡ ਤੋਂ ਰਹੀ ਹੈ ਹਮਸਾਇਆ। ਮੈਨੂੰ ਮੈਂ ਕਿਹਾ ਵੀ ਅੱਲਾਹ ਤਾਲਾ ਹਮਸਾਇਆ ਦਾ ਭਲਾ ਕਰੇ ਕਿ ਇਹੋ ਜਿਹਾ ਕੰਮ ਨਾ ਕਰੇ ਕਿ ਜਿੰਨਾ ਇਨਸਾਨ ਨੂੰ ਜਿੰਨਾ ਇਹ ਬਦਬੂ ਆਵੇ ਔਰ ਇਨਸਾਨ ਦਾ ਜਿਹੜਾ ਨਾ ਇੱਕ ਵਾਰੀ ਵਜੂਦ ਯਾਨੀ ਕਿ ਵਿਸ਼ਵਾਸ ਚਲਾ ਜਾਵੇ। ਅੱਜ ਤਾਂ ਚੁੱਪ ਕਰਕੇ ਕੰਮ ਨੂੰ ਲੱਗ ਪਈਏ, ਅੱਗੇ ਤਾਂ ਕਹਿੰਦੇ ਸੀ ਬਖਤੂ ਕਰਦੇ ਕਰਦੇ, ਅੱਜ ਕੀ ਹੋਇਆ? ਅੱਛਾ ਗਰਮੀ ਹੈ ਤਾਂ ਕਰਨਾ। ਹਾਂ ਸਾਵਣ ਦਾ ਫਿਰ ਇਵੇਂ ਨਾ ਕਿਤੇ ਸਾਵਣ ਕਹਿੰਦੇ ਨਾ ਪੰਜਾਬੀ 'ਚ ਕਿ ਫਕੀਰ ਮਹੀਨਾ, ਕਦੇ ਧੁੱਪ ਅਤੇ ਕਦੇ ਝਾੜ ਅਤੇ ਕਦੇ ਵੱਟ। ਜੱਟ ਬੁਰਾ ਸਾਵਣ ਦਾ ਵੱਟ ਬੁਰਾ ਅਤੇ ਬੰਨੇ ਉੱਤੇ ਜੱਟ ਬੁਰਾ। ਇਹ ਜਿਹੜੇ ਜੱਟ ਹੁੰਦੇ ਨਾ ਇਹਨਾਂ ਨੂੰ ਹਲਾਉਣਾ ਨਹੀਂ ਚਾਹੀਦਾ ਜਦੋਂ ਬੰਨੇ 'ਤੇ ਖਲੇ ਨੇ, ਅਤੇ ਸਾਵਣ 'ਚ ਬਕਾਇਦਾ। ਇਹ ਜੀ ਪੁਰਾਣਿਆਂ ਦੀ ਸ਼ਹਿਰਾਂ ਦੀ ਜਿਹੜਾ ਪੰਜਾਬੀ ਜਿਹੜੇ ਸ਼ਹਿਰ ਸਨ ਨਾ ਉਹ ਆਪਣੀ ਜਿਹੜਾ ਇੱਕ ਖੋਜ ਕੱਢ ਕੇ ਗਏ ਨੇ ਬਈ ਨਾ ਜੱਟ ਇੰਜ ਹੋ ਗਿਆ, ਘੁਮਿਆਰ ਇੰਜ ਹੋ ਗਿਆ, ਤੇਲੀ ਇੰਜ ਹੋ ਗਿਆ, ਸਿੱਖ ਸਾਈ ਇੰਜ ਹੋ ਗਿਆ, ਫਲਾਣ ਲਿਮਕਾਲ ਪਤਾ ਨਹੀਂ ਕਿੰਨੇ ਕੁ। ਮੈਂ ਤਾਂ ਅਗਲੇ ਦਿਨ ਸੁਣਦਾ ਰਿਹਾ, ਅੰਮੀ ਜਾਨ ਮੈਨੂੰ ਸੁਣਾਉਂਦੀ ਹੈ, ਹੋਰ ਬੰਦਾ ਕੋਈ ਨਹੀਂ ਸੁਣਾਉਂਦਾ। ਗੱਲ ਕਰਦਾ ਪੈਸਾ ਕਿ ਅੱਜ ਅੰਮੀ ਜਾਨ ਨੇ ਆਪਣੇ ਦਿਲ ਦੀ ਮੰਨ ਲਈ ਹੈ, ਅੱਲਾ ਕੀਤਾ ਮੈਂ ਅੱਲਾ 'ਤੇ ਬੜਾ ਖੁਸ਼ ਹਾਂ ਕਿ ਅੱਜ ਅੰਮਾ ਨੇ ਆਪਣੇ ਦਿਲ ਦੀ ਮੰਨ ਲਈ। ਅੱਜ ਅੰਮੀ ਜਾਨ ਨੇ ਜਿੰਨਾ ਜੁੱਤੀ ਨਵੀਂ ਪਹਿਨ ਲਈ ਹੈ, ਅੱਲਾ ਕੀਤਾ ਤਕਰੀਬਨ ਅੱਗੇ ਤਾਂ ਕੁਛ ਦਿਨ ਪਹਿਲੇ ਉਹ ਪਾਈ ਫਿਰੀ ਹੈ, ਨਵੀਂ ਵੀ ਲੈ ਆਉਂਦੀ ਲੇਕਿਨ ਅੰਮੀ ਨੇ ਕਿਹਾ ਵੀ ਮੈਂ ਕੋਈ ਪਾਣੀ ਨਹੀਂ, ਅਤੇ ਫਿਰ ਵੀ ਜਿੰਨਾ ਮੈਂ ਅੱਜ ਅੰਮੀ ਨੂੰ ਮਿਹਨਤ ਤਰਲਾ ਕਰਕੇ ਸੁਬੋ ਨਾਲ ਜੁੱਤੀ ਜਿੰਨਾ ਪਵਾ ਦਿੱਤੀ। ਅੰਮੀ ਜਾਨ ਕਿਸ ਤਰ੍ਹਾਂ ਲੱਗ ਰਿਹਾ? ਬੜਾ ਸਹੀ ਲੱਗ ਰਿਹਾ ਪੁੱਤਰ। ਕੀ ਹੋਇਆ? ਦਿਲ ਜੋ ਮੁੜ ਮਾਰਿਆ, ਦਿਲ ਜੋ ਮਾਰਿਆ, ਸਾਰੇ ਕੰਮ ਸਿਰ 'ਤੇ ਆਏ, ਸਾਰੀਆਂ ਸਕਰਨੀਆਂ ਪਈਆਂ, ਅੱਲਾ ਨੂੰ ਪਤਾ ਨਹੀਂ ਕਿ ਮਨਜ਼ੂਰ ਆਏ। ਸੁਬਾਹ ਕਿਸੇ ਦਾ ਵੀ ਕੋਈ ਨਹੀਂ ਪੱਕਦਾ, ਭਾਵੇਂ ਕੁਝ ਏਡਾ ਵੀ ਬਾਦਸ਼ਾਹ, ਸਾਰੇ ਰਾਤ ਦੇ ਸਾਲਾਨਾ ਨਾਸ਼ਤੇ ਕਰਦੇ ਨੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਵੀ 8 ਸਾਲ ਮੈਂ ਚੁੱਲ੍ਹੇ ਦੇ ਨੇੜੇ ਨਹੀਂ ਆਈ, ਮੈਂ ਬਸ ਉਤਲੇ ਉਤਲੇ ਕੰਮ ਕਰਦੀ, ਉਤਲੇ ਉਤਲੇ ਬਾਲਣ ਲਿਆ, ਸਬਜ਼ੀ ਲਿਆ, ਉਹ ਲਿਆ ਉਹ ਲਿਆ, ਅਤੇ ਘਰ ਦਾ ਸਾਰੀ ਜ਼ਿੰਮੇਦਾਰੀ ਉਹ ਜਿਹੜਾ ਨਾ ਮੇਰੀ ਬਹੂ ਰਾਣੀ ਦੇ ਅਖਤਿਆਰ ਆਈ। ਇੱਕ ਦਿਨ ਨਹੀਂ 8 ਸਾਲਾਂ ਦੇ ਵਿੱਚ ਇੱਕ ਦਿਨ ਨਹੀਂ ਲੜੀਆਂ ਕਿ ਆ ਤੂੰ ਕਰਨਾ ਅਤੇ ਆ ਮੈਂ ਕਰਨਾ, ਮੈਂ ਤੰਦੂਰ ਬਾਲ ਦੇਣਾ, ਉਸ ਰੋਟੀਆਂ ਲਾ ਲੈਣੀਆਂ, ਬਸ ਇੱਡੀ ਸੋਹਣੀ ਨਿਭੀ। ਪਤਾ ਨਹੀਂ ਅੱਲਾ ਨੂੰ ਕੀ ਮਨਜ਼ੂਰੀ ਆਈ ਕਿ 8 ਸਾਲਾਂ ਦੇ ਵਿੱਚ ਅਸੀਂ ਇੱਕ ਦਿਨ ਨਹੀਂ ਲੜੀਆਂ ਅਤੇ ਨਾ ਰੁੱਸ ਕੇ ਮੇਰੀ ਬਹੂ ਪੇਕਿਆਂ ਤੋਂ। ਲੋਕ ਨਿਤ ਰੁੱਸਦਿਆਂ ਨਿਤ ਮੰਨੀਦੀਆਂ ਨੇ, ਨਿਤ ਡਰਾਮੇ ਹੁੰਦੇ, ਇੱਕ ਦਿਨ ਬਾਹਰ ਸਾਡੀ ਕਿਸੇ ਆਵਾਜ਼ ਨਹੀਂ ਸੁਣੀ।
ਤੇ ਪਤਾ ਨਹੀਂ ਖੁਦਾ ਨੂੰ ਕੀ ਮਨਜ਼ੂਰ ਹੋਇਆ। ਜਿੱਦਾਂ ਤਕਰੀਬਨ ਇਨਸਾਨ ਦੇ ਜਿਹੜੇ ਨਾ ਮੁਕੱਦਰ ਹੀ ਕੁਛ ਇਸ ਤਰੀਕੇ ਨਾਲ ਹੁੰਦੇ ਨੇ ਕਿ ਪਹਿਲੇ ਇਨਸਾਨ ਬਹੁਤ ਅੱਛਾ ਰਹਿੰਦਾ ਔਰ ਉਸ ਤੋਂ ਬਾਅਦ ਜਿਹੜਾ ਬਹੁਤ ਖਰਾਬ ਹੋ ਜਾਂਦਾ। ਵੇਖ ਲਓ ਅੱਲਾਹ ਤਾਲਾ ਨੇ ਕੋਈ ਬਿਮਾਰੀ ਲਾਈ ਹੈ, ਅੱਲਾਹ ਤਾਲਾ ਸ਼ੁਕਰ ਕਰੋ ਕਿ ਆਪ ਤੁਸੀਂ ਨਾ ਸਿਹਤਮੰਦ ਹੋ ਇੱਕ ਵਾਰੀ। ਸ਼ੁਕਰ ਅਲਹਮਦੁਲਿਲਾਹ ਕਿ ਮੇਰਾ ਆਲਮ ਜਿਹੜਾ ਪੁੱਤਰ ਆ ਨਾ ਬਹੁਤ ਬਖਤ ਵਾਲਾ ਦੁੱਖ ਨੂੰ ਲੈ ਕੇ ਬਹਿ ਜਾਵੇ ਨਾ ਤਾਂ ਇਨਸਾਨ ਕੋਈ ਕੰਮ ਨਹੀਂ ਕਰ ਸਕਦਾ ਔਰ ਸਿਰਫ ਜਿਹੜਾ ਘਰ ਬਹਿ ਜਾਂਦਾ ਸਿਰਫ ਬਸ ਗਮ ਵਿੱਚ ਬੈਠੇ ਰਹੋ ਤਾਂ ਕੁਛ ਨਹੀਂ ਬਣਦਾ। ਅਗਰ ਤੁਸੀਂ ਗਮ ਵਿੱਚ ਨਿਕਲੋਗੇ ਤਾਂ ਤੁਸੀਂ ਕੁਛ ਨਾ ਕੁਛ ਕਰੋਗੇ, ਐਵੇਂ ਤੁਸੀਂ ਕੁਛ ਨਹੀਂ ਕਰ ਸਕਦੇ। ਅਗਰ ਜੇ ਅਸੀਂ ਗਮ ਬਣਾ ਕੇ ਬਹਿ ਜਾਈਏ ਲਓ ਜੀ ਸਾਡਾ ਆਲਮ ਸ਼ੇਰ ਸੀ ਫਲਾਨ ਸੀ ਉਹ ਫੌਤ ਹੋ ਗਿਆ ਸੀ ਹੁਣ ਬਹਿ ਗਿਆ ਸੀ ਹੁਣ ਕੁਛ ਨਹੀਂ ਕਰਨਾ, ਲੇਕਿਨ ਨਹੀਂ ਇਹਨੂੰ ਮੱਦੇਨਜ਼ਰ ਰੱਖੋ ਕਿਉਂਕਿ ਅੱਲਾਹ ਤਾਲਾ ਦਾ ਮਾਲ ਅੱਲਾਹ ਤਾਲਾ ਲੈ ਜਾਣਾ ਸੀ ਇੱਕ ਦਿਨ, ਅੱਗੇ ਜਾਂ ਪਿੱਛੇ ਅਸੀਂ ਵੀ ਜਾਣਾ ਹੀ ਜਾਣਾ ਹੈ। ਅਤੇ ਇਹ ਗੱਲ ਕਰਦਾ ਪੈਸਾ ਕਿ ਕੋਈ ਮਸਲਾ ਨਹੀਂ ਅੱਲਾਹ ਤਾਲਾ ਅੱਗੇ ਨਾ ਤੁਸੀਂ ਬਸ ਆਪਣੀ ਨਾ ਇਹੋ ਹੀ ਰੱਖੋ ਕਿ ਆਪਣਾ ਜਿਹੜਾ ਕੰਮ ਕਰਨਾ ਔਰ ਪੈਸਾ ਕਮਾਉਣਾ ਜ਼ਿੰਦਗੀ ਜਿੰਨਾ ਅੱਛੀ ਲਾਈਫ ਗੁਜ਼ਾਰਨੀ ਹੈ। ਜਿਹੜੀ ਮਾਂ ਹੁੰਦੀ ਨਾ ਮਾਂ, ਹਾਂਜੀ, ਉਹਦਾ ਦਿਲ ਫੁੱਲ ਜਿਹੜਾ ਗੁਲਾਬ ਦਾ ਹੁੰਦਾ ਉਸ ਤੋਂ ਵੀ ਨਰਮ ਹੁੰਦਾ। ਇਹ ਜਿਹੜਾ ਤੰਦੂਰ ਹੈ ਨਾ ਉਹਨੂੰ ਮਚਾ ਲਿਆ, ਇਹ ਦੇਖ ਲਓ ਐਵੇਂ ਤੱਕਰ ਜਿਹੜਾ ਮਾੜੀ ਮੋਟੀ ਅੱਗ ਲੱਗੀ ਜ਼ਿਆਦਾ ਅੱਗੋਂ ਨਹੀਂ ਫੈਲੀ ਔਰ ਆਸਤੇ ਆਸਤੇ ਜਿੰਨਾ ਲਾਲ ਹੋ ਰਿਹਾ ਮਾਸ਼ਾ ਅੱਲਾਹ। ਅੰਮੀ ਜਾਨ ਆਟਾ ਲੈ ਕੇ ਚਲੀ ਗਈ ਹੈ ਅਤੇ ਮੈਂ ਪਿੱਛੇ ਪਿੱਛੇ ਸੁੱਕਾ ਆਟਾ ਲੈ ਕੇ ਜਾ ਰਿਹਾ। ਜੀ ਮਾਸ਼ਾ ਅੱਲਾਹ ਤੰਦੂਰੀ ਰੋਟੀ ਹੈ ਜੀ ਜੀ ਮਾਸ਼ਾ ਅੱਲਾਹ। ਥੋੜ੍ਹੇ ਪੰਜ ਸਾਰਾ ਲਿਆ ਜਾਵੇਗਾ ਮਾਸ਼ਾ ਅੱਲਾਹ ਮਾਸ਼ਾ ਅੱਲਾਹ ਲੈ ਲਓ ਸਾਲਣ ਹਾਂਜੀ ਅਤੇ ਚੱਲ ਕੇ ਪੱਖੇ ਤੇ ਖਾਓ। ਹਾਂਜੀ ਮਾਸ਼ਾ ਅੱਲਾਹ ਜੀ ਸੁਬਹਾ ਸੁਬਹਾ ਨਾਲ ਤਾਜ਼ੀ ਤਾਜ਼ੀ ਰੋਟੀ ਖਾਣ ਦਾ ਆਪਣਾ ਹੀ ਸਵਾਦ ਹੈ। ਵੈਲਕਮ ਬੈਕ ਇੱਥੇ ਕਰਨੇ ਲਾਦਾ ਦੀ ਐਂਡ ਹੈ ਅਤੇ ਨੈਕਸਟ ਟਾਈਮ ਨਾਲ ਕਿਸੇ ਕਿਸੇ ਲਾ ਕਰ ਆਪ ਵੇਖ ਲਈਏ ਆਪਣਾ ਬਹੁਤ ਸਾਰਾ ਖਿਆਲ ਰਹਿਣਾ ਵਕਤ ਨੂੰ ਦੁਆਵਾਂ 'ਚ ਅਤੇ ਰੋਜ਼ ਯਾਦ ਰਹਿਣਾ ਤਬ ਤੱਕ ਅੱਲਾਹ ਹਾਫਿਜ਼ ਜਾ ਜਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਕੇ ਫਿਰ ਜਾਣਾ। ਅੰਮੀ ਜਾਨ ਤਾਂ ਬਿਲਕੁਲ ਪਈ ਹੈ ਸੁੱਤੀ ਅਤੇ ਮੈਂ ਜਿਹੜਾ ਉਹ ਸੌਣ ਵਾਲਾ ਟਾਈਮ ਤਕਰੀਬਨ